ਪਟਿਆਲਾ ਸਨੌਰ ਰੋਡ ਸਥਿਤ ਸਬਜ਼ੀ ਮੰਡੀ ਵਿਖੇ 60 ਸਾਲ ਦੇ ਤਰਨਜੀਤ ਸਿੰਘ ਚਾਵਲਾ ਜੋ ਕਿ ਮੰਡੀ ਵਿੱਚ ਚਾਵਲਾ ਐਂਡ ਸੰਸ ਫਰੂਟ ਕੰਪਨੀ ਦੇ ਮਾਲਕ ਸਨ ਨੇ ਆਪਣੀ ਦੁਕਾਨ ਵਿੱਚ ਭੇਤ ਭਰੇ ਹਾਲਾਤਾਂ ਵਿੱਚ ਅੱਗ ਨਾਲ ਸੜੀ ਹੋਈ ਉਹਨਾਂ ਦੀ ਲਾਸ਼ ਮਿਲੀ ਹੈ। ਹੈਰਾਨੀ ਦੀ ਗੱਲ ਇਹ ਕਿ ਤਰਨਜੀਤ ਸਿੰਘ ਦੀ ਲਾਸ਼ ਸੰਗਨ ਨਾਲ ਬੰਨੀ ਹੋਈ ਸੀ। ਸੂਚਨਾ ਮਿਲਣ ਤੋਂ ਬਾਅਦ ਸਥਾਨਕ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਆਰੰਭ ਦਿੱਤੀ ਹੈ।